आम आदमी पार्टी की सरकार बनन तो पहला आम आदमी पार्टी के आगुआ वालों कच्चे मुलाजमान नूं भरोसा दिता सी कि सरकार बनन ते उन्हां नूं पक्का किया जाएगा। ते अज दो साल तो वध दा समां सूबे विच आम आदमी पार्टी की सरकार बने नूं हो चुका है, पर इन्हां मुलाजमान वल अज तक किसी ने भी ध्यान नहीं दिता, जिसते चलदिआं इन्हां मुलाजमान दे विच रोस की लहर देखण नूं मिल रही है। ते इसे रोस वजों अज पन बस मुलाजमान दे वलों पठानकोट बस स्टैंड नूं 2 घंटे दे लई खाली करवाया गया ते अपना रोस जाहिर किया गया। इस संबंधी जद जिहड़ा है मुलाजमान दे नाल जदों उन्हां दे नाल गलबात की गई तां उन्हां ने कहा है कि मुख्यमंत्री पंजाब दे नाल 1 जुलाई नूं उन्हां दी बैठक हुई सी, जिस विच उन्हां ने 1 महीने दे अंदर अंदर उन्हां दी समस्यावां दा हल करन दा भरोसा दिता सी, पर अज 4 महीने बीतण दे बावजूद उन्हां दे हथ खाली ने। उन्हां कहा है कि पिछले कल भी उन्हां दी ट्रांसपोर्ट मंत्री दे नाल बैठक सी जो कि बेसिटा रही है, ते उन्हां कहा है कि जेकर सरकार वालों जल्द ही उन्हां दीआं मंगां ना मनियां गईआं तां उन्हां वालों जिमनी चोणां च सरकार दे खिलाफ प्रदर्शन जिहड़ा है ओह कीता जाएगा। अज सर बंदा सत्ता दित्ता नहीं है, पंजाब सरकार दी नाकामी है। जिहड़ी सरकार सत्ता च आउण तों पहलां कहिंदे सी सारे पंजाब दे समूह विभागां दे अंदर ठेकेदारी सिस्टम अंदर ते कंट्रैक्ट दे अंदर वर्कर काम कर रहे आ। पहलियां सरकारां जिहड़ियां सी पहलां कांग्रेस दी सरकार सी, ਉਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ 'ਚ ਆਏ ਸੀ ਕਿ ਆਉਂਦੇ ਸਾਰੀ ਸਮੂਹ ਵਿਭਾਗਾਂ ਦੇ ਅੰਦਰ ਕੱਚੇ ਕੰਮਾਂ ਨੂੰ ਪੱਕਾ ਕੀਤਾ ਜਾਏਗਾ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ 'ਚ ਲਿਆ ਇਹਨਾਂ ਨੇ ਕਿ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡੇ ਘਰ ਦੇ ਜਿਹੜੇ ਬੱਚੇ ਠੇਕੇ 'ਤੇ ਕੰਟਰੈਕਟ 'ਤੇ ਵਿਭਾਗਾਂ ਅੰਦਰ ਕੰਮ ਕਰ ਰਹੇ ਆ ਇਹਨਾਂ ਨੂੰ ਆ ਕੇ ਪੱਕਾ ਕਰਾਂਗੇ, ਆਹ ਵੇਖੋ ਜੀ ਮੇਰਾ ਹਰਾ ਪੈਨ ਇਹ ਆਉਂਦੇ ਚਲਾਇਆ ਜਾਏਗਾ। ਅੱਜ 4 ਸਾਲ ਬੀਤ ਗਏ ਆ ਤੇ ਸੀਐਮ ਸਾਹਿਬ ਨੂੰ ਟਰਾਂਸਪੋਰਟ ਮਹਿਕਮੇ ਵੱਲ ਕੋਈ ਧਿਆਨ ਨਹੀਂ ਦੇ ਰਹੇ, ਇਹ ਮਹਿਕਮਾ ਬੰਦ ਦੀ ਕਗਾਰ ਤੇ ਆ ਗਿਆ। ਅੱਜ ਕੱਲ ਸੀਐਮ ਸਾਹਿਬ ਦੇ ਬਿਆਨ ਆ ਰਹੇ ਸੀ ਕਿ ਅਸੀਂ ਟੀਚਰਾਂ ਨੂੰ ਗਾਈਡ ਕਰਨ ਵਾਸਤੇ ਫਿਨਲੈਂਡ ਭੇਜ ਰਹੇ ਹਾਂ। ਕੀ ਗੱਲ, ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਜਾ ਰਿਹਾ, ਇਹ ਵੀ ਸਰਕਾਰ ਦਾ ਹੀ ਮਹਿਕਮਾ। ਸੀਐਮ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਟਰਾਂਸਪੋਰਟ ਦੇ ਮਹਿਕਮੇ ਵੱਲ ਧਿਆਨ ਦਿਓ। ਇੱਥੇ ਵੀ ਠੇਕੇ ਅੰਦਰ ਤੇ ਕੰਟਰੈਕਟਰ ਅੰਦਰ ਲੰਬੇ ਸਮੇਂ ਤੋਂ ਵਰਕਰ ਕੰਮ ਕਰ ਰਹੇ ਆ, ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ। ਇਹ ਵਰਕਰ ਹੜਤਾਲ ਕਰਕੇ ਬਿਲਕੁਲ ਰਾਜ਼ੀ ਨਹੀਂ। ਆ ਜਿਹੜੀ ਹੜਤਾਲ ਹੋਈ ਹੈ ਇਹ ਟਰਾਂਸਪੋਰਟ ਮੰਤਰੀ ਦੀ ਨਾਕਾਮੀ ਕਾਰਨ ਹੋਈ ਹੈ, ਜਿਨ੍ਹਾਂ ਨੇ 4 ਸਾਲ ਤੋਂ ਇਸ ਮਹਿਕਮੇ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ। ਤੇ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਇਹਨਾਂ ਵਰਕਰਾਂ ਦੀਆਂ ਮੰਗਾਂ ਦਾ ਹੱਲ ਕੋਈ ਠੋਸ ਨਾ ਕੱਢਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਗੁਪਤ ਐਕਸ਼ਨ ਲੀਕੇ ਜਾਣਗੇ। ਆਉਣ ਵਾਲੇ ਸਮੇਂ 'ਚ 3 ਤਰੀਕ ਨੂੰ ਜਿਹੜੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਚੱਬੇਵਾਲ ਤੇ ਬਰਨਾਲਾ, 3 ਤਰੀਕ ਨੂੰ ਰੋਸ਼ ਮਾਰਚ ਉੱਥੇ ਕੱਢਿਆ ਜਾਏਗਾ, 9 ਤਰੀਕ ਨੂੰ ਗਿੱਦੜਬਾਹਾ ਡੇਰਾ ਬਾਬਾ ਨਾਨਕ ਰੋਸ਼ ਮਾਰਚ ਉੱਥੇ ਕੱਢਿਆ ਜਾਏਗਾ। ਜੇ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਐਕਸ਼ਨ ਲੀਕੇ ਜਾਣਗੇ। ਸਰ ਕਾਫੀ ਲੰਬੇ ਸਮੇਂ ਤੋਂ ਅਸੀਂ ਤੁਹਾਡੇ ਚੈਨਲ ਰਾਹੀਂ ਹਰ ਵਾਰੀ ਸਰਕਾਰ ਨੂੰ ਦੱਸਦੇ ਹਾਂ ਕਿ ਸਰਕਾਰ ਨਾਲ ਸਾਡੀ ਕੱਲ੍ਹ ਵੀ ਜਿਹੜੀ 22 ਤਰੀਕ ਦੀ ਮੀਟਿੰਗ ਸੀ ਤੇ ਜਿੱਥੇ ਟਰਾਂਸਪੋਰਟ ਮੰਤਰੀ ਮੌਕੇ ਤੋਂ ਭੱਜ ਗਏ ਨੇ, ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰਤਾ, ਜੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਸਾਡੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਨੇ, ਜਿਵੇਂ ਕੱਚੇ ਕਾਮੇ ਪੱਕੇ ਕਰਨ ਵਾਲੀਆਂ ਮੰਗਾਂ ਨੇ, ਕੁਝ ਕਾਮੇ ਸਾਡੇ ਜਿਨ੍ਹਾਂ ਨੇ ਬਲੈਕਲਿਸਟ ਕੀਤੇ ਉਹ ਵਾਲੀ ਮੰਗਾਂ ਨੇ, ਸਾਡੀਆਂ ਤਨਖਾਹ ਦਾ ਵਾਧਾ, ਸਾਡਾ ਕੋਈ ਏਰੀਆ ਲੈਣ ਵਾਲਾ, ਇਹ ਕਾਫੀ ਮੰਗਾਂ ਨੇ ਜਿਹੜੇ ਮਲ ਮਿਲ ਕੇ, ਪਰ ਜਿਹੜੀਆਂ ਮੰਗਾਂ ਇਹ ਸਾਡੀਆਂ ਪੂਰੀਆਂ ਨਹੀਂ ਕਰ ਰਹੀ ਸਰਕਾਰ। ਕਿੰਨੇ ਚਿਰ ਲਿਆ ਜਿਹੜਾ ਬੱਸ ਸਟੈਂਡ? ਵੇਖੋ ਜੀ, 2 ਘੰਟੇ ਵਾਸਤੇ ਪੂਰੇ ਸੰਪੂਰਨ ਪੰਜਾਬ ਦਾ ਸਮੁੱਚਾ ਜਿਹੜਾ ਬੱਸ ਸਟੈਂਡ ਉਹ ਬੰਦ ਆ, ਚਾਹੇ ਉਹ PRTC ਚਾਹੇ ਉਹ ਪੰਜਾਬ ਰੋਡ ਹੋਵੇ ਚਾਹੇ ਪਨ ਬੱਸ ਹੈ। ਦੇਖੋ ਜੀ, ਅਸੀਂ ਤਾਂ ਕਰਨਾ ਨਹੀਂ ਚਾਹੁੰਦੇ, ਪਰ ਜੇ ਪੰਜਾਬ ਸਰਕਾਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤੇ ਫਿਰ ਸਾਨੂੰ ਕੁਝ ਨਾ ਕੁਝ ਮਜਬੂਰ ਜਿਹੜਾ ਕਰਨਾ ਪੈਂਦਾ। ਸਰਕਾਰ ਸਾਡੇ ਕੋਲ ਮਜਬੂਰ ਕਰਾਉਂਦੀ ਆ, ਸਾਡਾ ਨਹੀਂ ਦਿਲ ਕਰਦਾ ਜਿਵੇਂ ਕਿਸੇ ਨੂੰ ਮਤਲਬ ਤੰਗ ਪਰੇਸ਼ਾਨ ਕਰੀਏ। ਜੱਜ ਦੇ ਬੰਦ ਤੋਂ ਬਾਅਦ ਵੀ ਜਿਹੜੀ ਸਰਕਾਰ ਹੈ ਕਿਸੇ ਫੈਸਲੇ 'ਚ ਨਹੀਂ ਆਉਂਦੀ, ਅਗਲਾ ਕੀ ਐਕਸ਼ਨ ਹੋਏਗਾ? ਜੀ ਅੱਜ ਤੋਂ ਬਾਅਦ ਵੀ ਸਰਕਾਰ ਨਹੀਂ ਆਉਂਦੀ ਤਾਂ 3 ਤਰੀਕ ਨੂੰ ਜਿਹੜੀ 29 ਤਰੀਕ ਨੂੰ ਅਸੀਂ ਜਿਹੜੀ ਕਾਲੀ ਦੀਵਾਲੀ ਮਨਾਉਣ ਜਾ ਰਹੇ ਹਾਂ ਤੇ 3 ਤਰੀਕ ਨੂੰ ਜਿਹੜਾ ਅਸੀਂ ਆਪਣਾ ਐਕਸ਼ਨ ਲਿਖਾਂਗੇ, ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਉੱਥੇ ਉੱਥੇ ਅਸੀਂ ਵੱਡੇ ਕਾਫਲਿਆਂ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਕੀ ਕਰ ਰਹੀ ਹੈ ਤੇ ਕਿਵੇਂ ਕਿਵੇਂ ਮੁਲਾਜ਼ਮਾਂ ਨਾਲ ਧੱਕੇਸ਼ਾਹੀਆਂ ਕਰ ਰਹੀਆਂ ਤੇ ਕਿਸੇ ਵੀ ਕਿਸਾਨ ਸਮੁੱਚਾ ਕਿਸਾਨ ਜਿਹੜਾ ਪੰਜਾਬ ਦਾ ਰੋਡ ਤੇ ਬੈਠਾ ਆ, ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਜਿੰਨੇ ਜਿੰਨੇ ਮੁਲਾਜ਼ਮ ਸਾਰੇ ਰੋਡਾਂ ਦੇ ਬੈਠੇ ਆ, ਕਿਸੇ ਵੀ ਕੁਝ ਨਹੀਂ ਮਿਲਿਆ, ਜਿਹੜੀ ਸਰਕਾਰ ਆ ਉਹ ਨਾਕਾਮ ਹੋ ਗਈ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸਿੰਘ ਦੀ ਰਿਪੋਰਟ।